ਰਜਿੰਦਰ ਸਿੰਘ ਬੇਦੀ ਦੀ ਕਹਾਣੀ ਬੱਬਲ ਦਰਬਾਰੀ ਲਾਲ ਸ਼ਾਮ ਨੂੰ ਘਰ ਬੈਠਾ ਸੀਤਾ ਨਾਲ ਬੇਕਾਰ ਹੋ ਰਿਹਾ ਸੀ ਕਿਸੇ ਨਾਲ ਬੇਕਾਰ ਹੋਣਾ ਉਸ ਹਾਲਤ ਨੂੰ ਕਹਿੰਦੇ ਨੇ ਜਦੋਂ ਆਦਮੀ ਦੇਖਣ ਚ ਇਵਨਿੰਗ ਨਿਊਜ਼ ਜਾਂ ਗਾਲिब ਦੀਆਂ ਗਜ਼ਲਾਂ ਪੜ੍ਹ ਰਿਹਾ ਹੋਵੇ ਪਰ ਖਿਆਲਾਂ ਚ ਕਿਸੇ ਸੀਤਾ ਚ ਗਰਕ ਹੋਵੇ ਸੀਤਾ ਨੇ ਕਿਹਾ ਸੀ ਉਹ ਠੀਕ 6 ਵਜੇ ਅਰੋੜਾ ਸਿਨੇਮਾ ਵੱਲੋਂ ਆਉਣ ਵਾਲੀ ਸੜਕ ਉੱਤੇ ਖੜੀ ਹੋਏਗੀ ਉਹਦੀ ਸਾੜੀ ਦਾ ਰੰਗ ਕਾਸਨੀ ਹੋਏਗਾ ਪਰ ਦਰਬਾਰੀ ਕਿੰਗ ਸਰਕਲ ਵਿੱਚ ਰਹਿੰਦਾ ਸੀ ਜਿਹਦਾ ਨਾਂ ਹੁਣ ਮਹੇਸ਼ਵਰੀ ਉਦਾਨ ਹੋ ਗਿਆ ਹੈ ਉਹ ਲਾਊਡ ਸਪੀਕਰਾਂ ਦੀ ਇੱਕ ਫਰਮ 'ਚ ਕੰਮ ਕਰਦਾ ਸੀ ਆਮਦਨੀ ਤਾਂ ਕੋਈ ਖਾਸ ਨਹੀਂ ਸੀ ਪਰ ਪੈਸੇ ਦੀ ਕੋਈ ਕਮੀ ਵੀ ਨਹੀਂ ਸੀ ਪਿਓ ਮਹਿਤਾ ਗਿਰਦਾਰੀ لال ਨੇ ਇੱਕ ਦਿਨ ਵੀ ਇੱਕ ਦਿਨ ਦੀ ਫਾਰਵਰਡ ਟ੍ਰੇਨਿੰਗ 'ਚ 3-4 ਲੱਖ ਰੁਪਏ ਬਣਾ ਲਏ ਸਨ ਤੇ ਫਿਰ ਇੱਕਦਮ ਹੱਥ ਪਿੱਛੇ ਖਿੱਚ ਲਏ ਸੀ ਜਿਹੜੇ ਹੁਣ ਤੱਕ ਖਿੱਚੇ ਹੋਏ ਸਨ ਅਦਵੀ ਕਾਟਨ ਐਕਸਚੇਂਜ ਵਿੱਚ ਉਹਨਾਂ ਦਾ ਕੋਈ ਸਾਥੀ ਮਹਿਤਾ ਸਾਹਿਬ ਦੇ ਮੱਖਣ ਵਿੱਚੋਂ ਵਾਲ ਵਾਂਗ ਨਿਕਲ ਜਾਣ ਤੇ ਗਾਲਾਂ ਕੱਢਦਾ ਤਾਂ ਉਹ ਜਵਾਬ ਚ ਹੱਸ ਛੱਡਦੇ ਅਜੇ ਆ ਹਾਸਾ ਆਦਮੀ 3-4 ਲੱਖ ਰੁਪਏ ਅੰਦਰ ਸਾਂਭ ਕੇ ਹੀ ਹੱਸ ਸਕਦਾ ਫਿਰ ਵੱਡੇ ਭਰਾ ਬਿਹਾਰੀ لال ਦੀ ਸ਼ਾਦੀ ਮਾਰਵਾੜੀਆਂ ਦੇ ਘਰ ਹੋ ਗਈ ਜਿਨ੍ਹਾਂ ਨੇ 20 ਸੇਰ ਸੋਨੇ ਦੇ ਕੜੇ ਆਪਣੀ ਕੁੜੀ ਦੇ ਹੱਥਾਂ 'ਚ ਪਾਏ ਤਿੰਜ ਉਹਨੂੰ ਦਰਬਾਰੀ ਦੀ ਭਾਬੀ ਬਣਾ ਦਿੱਤਾ ਇੱਕ ਵਾਰੇ ਬਾ ਦਰਬਾਰੀ ਦੀ ਆਪਣੀ ਭੈਣ ਸਤਵੰਤੀ ਨਾਰ 1 ਲੱਖ ਪਤੀ ਇਸਲਾਮੀ ਸਾਲੇ ਮੁਹੰਮਦ ਦੇ ਨਾਲ ਭੱਜ ਗਈ ਤੇ ਨਿਕਾਹ ਕਰ ਲਿਆ ਗਲੀ ਮੁਹੱਲੇ ਪੂਰੇ ਸ਼ਹਿਰ ਚ ਹੰਗਾਮਾ ਹੋਇਆ ਬਰੇਨ ਤੱਕ ਮਹਿਤਾ ਸਾਹਿਬ ਨੇ ਆਪਣੀ ਕੁੜੀ ਤੇ ਜਵਾਈ ਦੋਹਾਂ ਨੂੰ ਪ੍ਰੇਮ ਦੁਟੀਰ ਆਪਣੇ ਘਰ ਤੋਂ ਵੜਨ ਨਹੀਂ ਦਿੱਤਾ ਆਖਰ ਮੰਨ ਮਨਉਤੀ ਹੋ ਗਈ ਮੁੰਡੇ ਦੇ ਰਿਸ਼ਤੇਦਾਰ ਕਹਿੰਦੇ ਸਨ ਲੜਕੀ ਨੂੰ ਮੁਸਰਰਫ ਬ ਇਸਲਾਮ ਕੀਤਾ ਗਿਆ ਤੇ ਉਹਦਾ ਨਾਂ ਕਨੀਜ਼ ਫਾਤਿਮਾ ਹੈ ਤੇ ਮਹਿਤਾ ਸਾਹਿਬ ਕਹਿੰਦੇ ਸੀ ਮੁੰਡੇ ਨੂੰ ਸ਼ੁੱਧ ਕਰਨ ਪਿੱਛੋਂ ਉਹਦਾ ਨਾਂ ਸਰਦਾਰੀ ਮੌਨ ਰੱਖਿਆ ਗਿਆ ਪਰ ਸਰਦਾਰੀ ਮੌਨ ਜਾਂ ਸਾਲੇ ਮੁਹੰਮਦ ਆਪਣਾ ਨਾਂ ਐਸ ਐਮ ਨਵਾਬ ਹੀ ਲਿਖਦਾ ਕਿਉਂਕਿ ਮੁੰਡੇ ਕੋਲੇ ਸਨੀਚ ਹਰਕਤ ਤੇ ਗੁੱਸਾ ਕੱਢਣ ਲਈ ਹੋਰ ਕੋਈ ਜ਼ਰੀਆ ਨਹੀਂ ਸੀ ਇਸ ਲਈ ਦਰਬਾਰੀ ਲਾਲ ਦੇ ਦਰਬਾਰੀ ਜਦੋਂ ਵੀ ਸਤਵੰਤੀ ਨਾਰ ਦੇ ਪਤੀ ਯਾਨੀ ਸ਼ੋਰ ਨੂੰ ਮਿਲ ਦਿੱਤਾ ਇਹੋ ਕਹਿੰਦੇ ਕਿਉਂ ਇਹ ਸਾਲੇ ਅੱਜ ਸਾਲੇਆ ਸਰਦਾਰੀ ਤੇ ਸੁਤੰਤੀ ਦੋਵੇਂ ਘਰ ਸਨ ਤੇ ਉਹਨਾਂ ਦੇ ਦੋਵੇਂ ਬੱਚੇ ਵੀ ਇਸ ਤੇ ਦਰਬਾਰੀ ਤੇ ਭਾਬੀ ਗੁਣਵੰਤੀ ਨੇ ਮਿਲ ਕੇ ਦਰਬਾਰੀ ਦੀ ਸ਼ਾਦੀ ਦਾ ਮਸਲਾ ਛੇੜ ਦਿੱਤਾ ਔਰਤਾਂ ਆਦਰਸ਼ ਪੁਰਸ਼ ਤੇ مرد ਆਦਰਸ਼ ਏਸਤਰੀ ਦੀਆਂ ਗੱਲਾਂ ਕਰਦੇ ਕਰਦੇ ਆਪੋ ਵਿੱਚ ਉਲਝਣ ਲੱਗੇ ਦਰਬਾਰੀ ਵਰਾਂਡੇ 'ਚ ਬੈਠਾ ਆਪਣੇ ਬਾਰੇ ਸਾਰੀ ਗੁਫ਼ਤਗੋ ਸੁਣ ਰਿਹਾ ਸੀ ਅਚਾਨਕ ਉਹ ਆਹਲੇ ਆਤੇ ਆਪਣੇ ਮੂੰਹ ਤੇ ਮੁੰਡੇ ਲਾਊਡ ਸਪੀਕਰ ਨੂੰ ਖਿੜਕੀ 'ਚੋਂ ਅੰਦਰ ਕਰਦਾ ਹੋਇਆ ਬੋਲਿਆ ਮੈਂ ਦਰਬਾਰੀ لال ਮਹਿਤਾ ਵਲਦ ਗਿਰਧਾਰੀ لال ਮਹਿਤਾ ਸਾਕੇਲ ਬੰਬਈ ਹਰਗੇਜ਼ ਹਰਗੇਜ਼ ਸ਼ਾਦੀ ਨਹੀਂ ਕਰਾਂਗਾ ਸਾਰੇ ਸਵਾਜ਼ ਉਤੇ ਤਰਬਕ ਦਰਬਾਰੀ لال ਵਾਪਸ ਆਪਣੀ ਜਗ੍ਹਾ ਤੇ ਆ ਕੇ ਈਵਨਿੰਗ ਨਿਊਜ਼ ਦੇ ਪੰਨੇ ਉਲੱਦਣ ਲੱਗਾ ਤੇ ਫਿਰ ਅਰੋੜਾ ਸਿਨੇਮਾ ਤੋਂ ਘਰ ਵੱਲ ਨੂੰ ਮੁੜਦੀ ਸੜਕ ਵੱਲ ਦੇਖਣ ਲੱਗਾ ਜਿੱਥੇ ਉਹਨੂੰ ਕਾਸ਼ਨੀ ਰੰਗ ਦੀ ਸਾੜੀ ਦੀ ਤਲਾਸ਼ ਸੀ ਅੰਦਰ ਸਾਰੇ ਹੱਸ ਰਹੇ ਸਨ मां ਵੀ ਉਹਨਾਂ ਚਾਕੇ ਸ਼ਾਮਲ ਹੋ ਗਈ ਸੀ ਦਰਬਾਰੀ ਪੂਰੇ ਘਰ ਦਾ ਬੰਕਾ ਸੀ ਜਿਸ ਤਰੀਕੇ ਨਾਲ ਉਹ ਵਾਲਾਂ 'ਚ हेयर टॉनिक ਲਾਉਂਦਾ ਮਿਹਨਤ ਨਾਲ ਉਹਨਾਂ ਨੂੰ ਬਿਠਾਉਂਦਾ ਕੈਂਚੀ ਲੈ ਕੇ ਸ਼ੀਸ਼ੇ ਦੇ ਸਾਹਮਣੇ ਘੰਟਾ ਘੰਟਾ 2-2 ਘੰਟੇ ਮੁੱਛਾਂ ਦੀਆਂ ਨੋਕਾਂ ਕੱਢਣ 'ਚ ਖप्त ਕਰ ਦਿੰਦਾ ਸਭ ਬੰਕੇ ਪੰਦੀਆਂ ਦੇ ਲਈ ਲਾਈ ਤਾਂ ਸਨ ਗੱਲ ਦਰਅਸਲ ਇਹ ਹੈ ਕਿ ਸ਼ਾਦੀ ਤੋਂ ਪਹਿਲਾਂ ਉਮਰ ਦੇ ਇਸ ਹਿੱਸੇ 'ਚ ਮੁੰਡੇ ਕੁੜੀਆਂ ਵਰਗੀਆਂ ਹਰਕਤਾਂ ਕਰਨ ਲੱਗ ਪੈਂਦੇ ਨੇ ਤੇ ਕੁੜੀਆਂ ਮੁੰਡਿਆਂ ਵਰਗੀਆਂ ਫਿਰ ਸ਼ਾਦੀ ਹੁੰਦੀ ਹੈ ਆਪਸ ਵਿੱਚ ਮਿਲਦੇ ਨੇ ਉਦੋਂ ਕਿਤੇ ਜਾ ਕੇ ਆਪੋ ਆਪਣਾ ਕੰਮ ਸੰਭਾਲਦੇ ਨੇ ਦਰਬਾਰੀ ਦੀਆਂ ਨਾ ਹਰਕਤਾਂ ਨੂੰ ਦੇਖ ਕੇ ਘਰ ਦੀਆਂ ਔਰਤਾਂ ਕਹਿੰਦੀਆਂ ਸੀ ਸਭ ਸ਼ਾਦੀ ਦੀਆਂ ਨਿਸ਼ਾਨੀਆਂ ਨੇ ਤੇ ਮਰਦ ਕਹਿੰਦੇ ਸੀ ਬਰਬਾਦੀ ਦੀਆਂ ਵਾਰਾਂਡੇ 'ਚ ਸਿੱਖ ਤਰਸਾਂ ਤਰਖਾਨ ਨੇ ਜਾਲੀ ਲਾਉਣ ਦਾ ਕੰਮ ਅੱਜ ਹੀ ਸ਼ੁਰੂ ਕੀਤਾ ਸੀ ਉਹ ਸਾਰਾ ਦਿਨ ਇੱਕ ਬੇਸ਼ਕਲ ਬੇਡੌਲ ਤੇ ਕੁਖੁਰਦਰੀ ਜੀ ਲੱਕੜ ਨੂੰ ਛਿੱਲਦਾ ਉਸ ਉੱਤੇ ਰੰਦਾ ਫੇਰਦਾ ਰਿਹਾ ਸੀ ਤੇ ਇਸ ਲਈ ਸਾਰੇ ਘਰ 'ਚ ਲੱਕੜ ਦੇ ਛਿਲਕੇ ਤੇ ਡੇਲੀਆਂ ਖਿਲਰ ਰੀਆਂ ਹੋਈਆਂ ਸਨ ਤੇ ਪੈਰਾਂ 'ਚ ਵੱਜ ਰੀਆਂ ਸਨ ਉਦੋਂ ਹੀ ਸਾਹਮਣੇ ਡਾਨ ਬਾਸਕੋ ਸਕੂਲ 'ਚ ਘੰਟੀ ਵੱਜੀ ਤੇ ਸਫੈਦ ਸਫੈਦ ਕਮੀਜ਼ਾਂ ਤੇ ਨੀਲੀਆਂ ਨੀਲੀਆਂ ਨਿਕਰਮ ਪਾਈ ਮੁੰਡੇ ਇੱਕ ਦੂਜੇ ਦੇ ਡਿੱਗਦੇ ਟੈਂਦੇ ਹੌਸਟਲ ਦੇ ਕਮਰਿਆਂ 'ਚੋਂ ਨਿਕਲੇ ਸ਼ਾਇਦ ਉਹ ਸ਼ਾਮ ਦੀ ਪ੍ਰਾਰਥਨਾ ਲਈ ਗਿਰਜੇ ਵੱਲ ਜਾ ਰਹੇ ਸਨ ਸਕੂਲ ਦੇ ਗਰਾਊਂਡ 'ਚ ਲੰਮਾ ਸਾਰਾ ਫਰਗਲ ਪਾਈ ਅਜੇ ਤੱਕ ਫਾਦਰ ਬੱਚਿਆਂ ਨੂੰ ਫੁੱਟਬਾਲ ਖਿਡਾ ਰਿਹਾ ਸੀ ਉਹਨੇ ਵੀ ਸੀਟੀ ਵਜਾ ਦਿੱਤੀ ਖੇਡ ਖਤਮ ਕਰ ਦਿੱਤੀ ਪਰ ਸੀਤਾ ਨਾ ਆਈ ਸੀਤਾ ਦੀ بجائے ਉਲਟੇ ਪਾਸਿਓਂ ਮਿਸਰੀ ਨਿਕਲੀ ਹਮੇਸ਼ਾ ਮਾਂਗਾ ਅੱਜ ਵੀ ਉਹਦੀ ਕੁਛੜ ਬੱਚਾ ਸੀ ਬੱਬਲ ਬੱਚਾ ਜੇ ਤੰਦਰੁਸਤ ਹੋਏ ਤਾਂ ਦੁਨੀਆ ਦੀ ਸਭ ਤੋਂ ਪਿਆਰੀ ਚੀਜ਼ ਹੁੰਦੀ ਹੈ ਤੇ ਬੱਬਲ ਜਿਹਾ ਬੱਚਾ ਹੀ ਸੀ ਗੋਲ ਮਟੋਲ ਨਰਮ ਨਰਮ ਜਿਵੇਂ ਸਪੰਜ ਦਾ ਬਣਿਆ ਹੋਵੇ ਉਹਨੇ ਉਂਜ ਤਾਂ ਕਈ ਦੰਦ ਕੱਢ ਲਏ ਸਨ ਪਰ ਹੇਠਲੇ ਦੋ ਦੰਦ ਹੋਰਾਂ ਦੇ ਨਿਸਬਤ ਵੱਡੇ ਸਨ ਕਮੀਨਾ ਹੱਸਦਾ ਤਾਂ ਵਾਲਟ ਡਿਜ਼ਨੀ ਦਾ ਖਰਗੋਸ਼ ਲੱਗਦਾ ਅੱਜ ਤੱਕ ਕੋਈ ਅਜੇ ਅ ਦਿਖਾਈ ਨਹੀਂ ਦਿੱਤਾ ਜਿਹੜਾ ਬੱਬਲ ਨੂੰ ਹੱਸਦਾ ਦੇਖ ਕੇ ਆਪ ਨਾ ਹੱਸ ਪਿਆ ਹੋਵੇ। ਬੱਬਲ ਦਰਬਾਰੀ ਨੇ ਬੁਲਾਇਆ ਤੇ ਹੱਥ ਬੱਚੇ ਵੱਲ ਫੈਲਾ ਦਿੱਤੇ। ਮੈਂ ਤਾਂ ਕਹਿਣਾ ਸੂਰਜ ਦੀ ਕਿਰਨ ਵੀ ਕਿਸੇ ਗੁਲਜ਼ਾਰ ਤੇ ਇੰਜ ਨਹੀਂ ਖਿੜਦੀ ਜਿਵੇਂ ਮੁਸਕਾਨ ਬੱਚੇ ਦੇ ਚਿਹਰੇ ਤੇ ਖਿੜ ਜਾਂਦੀ ਹੈ। ਮੁਸਕਰਾਉਂਦੇ ਹੋਏ ਬੱਬਲ ਨੇ ਦਰਬਾਰੀ ਵੱਲ ਦੇਖਿਆ ਤੇ ਅੰਦਰਲੀ ਕਿਸੇ ਬੇਬਸ ਉਤੇਜਨਾ ਸਦਕਾ ਇੱਕਦਮ ਦਰਵਾਲੀ ਦਰਬਾਰੀ ਵੱਲ ਹੁਮਕਣਾ ਸ਼ੁਰੂ ਕਰ ਦਿੱਤਾ। ਹੁਣ ਉਹ ਆਪਣੀ ਮਾਂ ਮਿਸਰੀ ਤੋਂ ਸੰਭਾਲਿਆ ਨਹੀਂ ਸੀ ਜਾ ਰਿਹਾ। ਧਰ ਦਰਬਾਰੀ ਨੇ ਕਿਹਾ ਤੇ ਕੁਰਮਰੇ ਲਿਆਉਣ ਲਈ ਅੰਦਰ ਵੱਲ ਆਹ ਲਿਆ ਉਹ ਭੁੱਲੇ ਗਿਆ ਸੀ ਕਿ ਸਿਤਾ आएगी ਤੇ ਚਲੀ ਜਾਏਗੀ ਬੱਚੇ ਉਸ ਸਬਰ ਨੂੰ ਨਹੀਂ ਜਾਣਦੇ ਜਿਹੜਾ तहज़ीब ਦੇ ਨਾਲ ਆਉਣਾ ਹੈ ਬੱਬਲ ਦੇ ਚਿਹਰੇ ਉੱਤੇ ਇੱਕ ਸਿੱਧੀ ਸੱਚੀ مایوسی ਦੀ ਲਹਿਰ ਦੌੜ ਗਈ ਤੇ ਪਲ ਭਰ ਚੋਂ ਇੰਜ ਮਹਿਸੂਸ ਕਰਨ ਲੱਗਾ ਜਿਵੇਂ ਕਹਿ ਰਿਹਾ ਹੋਵੇ ਇਹ ਸਾਰੀ ਦੁਨੀਆ ਧੋਖਾ ਏ ਫਿਰ ਜਿਵੇਂ ਉਹ مایوس ਹੋ ਗਿਆ ਸੀ ਇਵੇਂ ਹੀ ਦਰਬਾਰੀ ਨੂੰ ਆਉਂਦਾ ਵੇਖ ਕੇ ਖੁਸ਼ੀ ਹੋ ਗਿਆ ਬੱਬਲ ਦੀ ਮਾਂ ਮਿਸਰੀ ਇੱਕ ਮੰਗਤੀ ਸੀ ਤੰਗੀ ਕਰਕੇ ਇੰਨੀ ਛੋਟੀ ਉਮਰ ਚ ਉਹਨੇ ਬੱਬਲ ਨੂੰ ਮੰਗਣ ਦਾ فن ਸਿਖਾ ਦਿੱਤਾ ਸੀ ਬਾਜ਼ਾਰ ਚ ਜਾਂਦੀ ਹੋਈ ਬਾਬੂ ਕਿਸਮ ਦੇ ਕਿਸੇ ਵੀ ਆਦਮੀ ਕੋਲ ਖੜੀ ਹੋ ਜਾਂਦੀ ਤੇ ਬੱਬਲ ਇੱਕ ਸਦੇ ਹੋਏ ਐਕਟਰ ਵਾਂਗ ਉਸ ਆਦਮੀ ਦੀ ਧੋਤੀ ਜਾਂ ਕਮੀਜ਼ ਨੂੰ ਖਿੱਚਣ ਲੱਗਦਾ ਤੇ ਉਸ ਚੀਜ਼ ਵੱਲ ਇਸ਼ਾਰਾ ਕਰਨ ਲੱਗਦਾ ਜਿਹਦੀ ਉਹਨੂੰ ਇੱਛਾ ਹੁੰਦੀ ਆਦਮੀ ਦੇਖਦਾ ਨਜ਼ਰਾਂ بچਾਉਂਦਾ ਫਿਰ ਦੇਖਣਾ ਤੇ ਬੇਇਖਤਿਆਰ ਉਹ ਚੀਜ਼ ਖਰੀਦ ਕੇ ਬੱਬਲ ਦੇ ਹੱਥੋਂ ਫੜਾ ਦਿੰਦਾ। ਮਿਸਰੀ ਬਾਉ ਦੇ ਚਲੇ ਜਾਣ ਪਿੱਛੋਂ ਬੱਬਲ ਦੇ ਹੱਥੋਂ ਉਹ ਚੀਜ਼ ਖੋਹ ਲੈਂਦੀ ਤੇ ਦੁਕਾਨਦਾਰ ਨੂੰ ਵਾਪਸ ਕਰਕੇ ਪੈਸੇ ਖਰੇ ਕਰ ਲੈਂਦੀ। ਬੱਬਲ ਰੋਂਦਾ ਚੀਕਦਾ ਰਹਿ ਜਾਂਦਾ। ਪਰ ਦਰਬਾਰੀ ਦੇ ਨਾਲ ਬੱਬਲ ਤੇ ਉਹਦੀ ਮਾਂ ਮਿਸਰੀ ਦਾ ਰਿਸ਼ਤਾ ਜਿਆ ਨਹੀਂ ਸੀ। ਕੁਰਮਰੇ ਲੈ ਕੇ ਉਹਨਾਂ ਨੂੰ ਵੇਚਣ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਸੀ? ਕੁਰਮਰਿਆਂ ਨਾਲ ਮਿਸਰੀ ਨੂੰ ਸਿੱਧੀ ਦੁਆਨੀ ਜਾਂ ਛੁਆਨੀ ਮਿਲ ਜਾਂਦੀ ਸੀ। ਜਿਸ 'ਚ ਬੱਬਲ ਨੂੰ ਕੋਈ ਦਿਲਚਸਪੀ ਨਹੀਂ ਸੀ। ਉਹਨੂੰ ਤਾਂ ਆਪਣੇ ਕੁਰਮਰੇ ਚਾਹੀਦੇ ਸੀ। ਜਿਨ੍ਹਾਂ ਨੂੰ ماں ਨਹੀਂ ਸਿੱਖੋਂਦੀ ਤੇ ਨਾ ਹੀ ਦੁਕਾਨਦਾਰ ਨੂੰ ਵਾਪਸ ਕਰਦੀ ਸੀ। ਕੁਰਮਰਾਉ ਸਿੱਧਾ ਮੂੰਹ ਚ ਪਾ ਲੈਂਦਾ ਤੇ ਦੰਦਾ ਨਾਲ ਪਪੋਲਦਾ ਹੋਇਆ ਹਮਕਹੁਮ ਕੇ 扑ੜਕ扑ੜਕੇ ਆਪਣੀ ਖੁਸ਼ੀ ਜ਼ਾਹਰ ਕਰਦਾ। ਅੱਜ ਜਦੋਂ ਦਰਬਾਰੀ ਨੇ ਬੱਬਲ ਨੂੰ ਗੋਦੀ ਚੁੱਕਿਆ ਤਾਂ ਇੱਕੋ ਵਾਰੀ ਕੁਰਮੁਰਿਆਂ ਦੀ ਮੁੱਠ ਭਰ ਕੇ ਉਹ ਮਾਂ ਵੱਲ ਔਲਣ ਲੱਗਾ, ਉਲਰਨ ਲੱਗਾ। ਦਰਬਾਰੀ ਤਰਬ ਗਿਆ, ਕਹਿੰਦੇ ਨੇ ਨਾ ਆਦਮੀ ਚੰਗਾ ਹੈ ਜਾਂ ਮਾੜਾ ਬੱਚੇ ਨੂੰ ਸਭ ਪਤਾ ਲੱਗ ਜਾਂਦਾ ਹੈ। ਇੱਕ ਛਿਣ ਲਈ ਦਰਬਾਰੀ ਨੇ ਸੋਚਿਆ ਮੇਰੇ ਮਨ ਚ ਕੀ ਪਾਪ ਹੈ? ਬੱਬਲੇ ਨੂੰ ਜਾਣਦਾ ਦਰਬਾਰੀ ਨੇ ਬੱਬਲ ਨੂੰ ਬੜਾ ਰੋਕਿਆ ਪਿਆਰਿਆ ਪੁੱਛਕਾਰਿਆ ਪਰ ਉਹ ਭਲਾ ਕਿੱਥੇ ਮੰਨਣ ਵਾਲਾ ਸੀ ਉਹ ਉਹ ਕਰਦਾ ਹੋਇਆ ਤਾਂ ਉਹ ਵੀ ਮਾਮ ਵੱਲ ਉੱਲੜਦਾ ਜਾ ਰਿਹਾ ਸੀ ਦਰਬਾਰੀ ਨੇ ਕਿਹਾ ਓਏ ਕਮੀਨੇ ਸਾਲੇ ਅੰਦਰੋਂ ਸਾਲੇ ਜਾਂ ਸਰਦਾਰੀ ਦੀ ਆਵਾਜ਼ ਆਈ ਕੀ ਹੁਕਮ ਹੈ ਹਜ਼ੂਰ ਤੁਹਾਨੂੰ ਅਰਜ਼ ਨਹੀਂ ਕੀਤਾ ਫੈਜ਼ ਗੰਜੂਰ ਦਰਬਾਰੀ ਨੇ ਅੰਦਰ ਵੱਲ ਮੁਹਂ ਕਰਕੇ ਜਵਾਬ ਦਿੱਤਾ ਤੇ ਫਿਰ ਬੱਬਲ ਦੀਆਂ ਪਿਆਰੀਆਂ ਦੁਲਾਰੀਆਂ ਜੀਆਂ ਗੱਲਾਂ ਤੇ ਪੋਲੇ ਪੋਲੇ ਲੱਪੜ ਮਾਰਦੇ ਆ ਉਹਦੀ ਮਾਂ ਨੂੰ ਫੜਾਉਂਦੇ ਆ ਬੋਲਿਆ ਇਹ ਨਾ ਖੁਦਗਰਜ਼ ਸਲਾਮ ਨਾ ਦੁਆ ਸ਼ੁਕਰੀਆ ਨਾ ਧੰਨਵਾਦ ਕੰਮ ਹੋ ਗਿਆ ਤੇ ਹੁਣ ਤੂੰ ਕੌਣ ਤੇ ਮੈਂ ਕੌਣ ਮਿਸਰੀ ਜਿਸ ਲਈ ਫੁੱਟਪਾਥ ਦੀ ਜ਼ਿੰਦਗੀ ਨੇ ਸ਼ਰਮ ਦੇ ਪਰਦੇ ਨੂੰ ਇੱਕ ਤਕल्लੁਫ ਬਣਾ ਦਿੱਤਾ ਸੀ ਮੂੰਹ ਪਾੜ ਕੇ ਬੋਲੀ ਇਹ ਸਾਰੇ ਇਹੋ ਜਿਹੇ ਹੁੰਦੇ ਆ ਬਾਉ ਜੀ ਤੇ ਫਿਰ ਬੱਬਲ ਨੂੰ ਛਾਤੀ ਨਾਲ ਘੁੱਟ ਕੇ ਉੱਥੇ ਖੜੀ ਆਪਣੀ ਦਵਾਨੀ ਜਾਂ ਚਵਾਨੀ ਦੀ ਉਡੀਕ ਕਰਨ ਲੱਗੀ ਬੱਬਲ ਹਮੇਸ਼ਾ ਵਾਂਗ ਅਲਫ ਨਹੀਂ ਤਾਂ ਬੇਨੰਗਾ ਜ਼ਰੂਰ ਸੀ ਕਿਉਂਕਿ ਸਰੀਰ ਉਤੇ ਲੱਕ ਦਵਾਲੇ ਉਹਦੇ ਇੱਕ ਕਾਲਾ ਧਾਗਾ ਬੱਧਾ ਸੀ ਜਿਸ 'ਤੇ ਇੱਕ ਤਾਵੀਜ਼ ਲਟਕ ਰਿਹਾ ਸੀ ਇਸ ਲਿਬਾਦ ਖੁਸ਼ ਮਾਂ ਕੋਲ ਪਹੁੰਚ ਗਈ ਉਹਨੇ ਆਪਣਾ ਮੂੰਹ ਮਿਸਰੀ ਦੀਆਂ ਵੱਡੀਆਂ-ਵੱਡੀਆਂ ਛਾਤੀਆਂ 'ਚ ਲੁਕੋ ਲਿਆ ਜਿਹੜੀਆਂ ਦੁਨੀਆ ਭਰ ਦੇ ਬੱਚਿਆਂ ਲਈ ਸਭ ਤੋਂ ਸੁਰੱਖਿਅਤ ਥਾਂ ਹੁੰਦੀਆਂ ਨੇ ਜਿੱਥੇ ਇੱਕ ਵਾਰੀ ਪਹੁੰਚ ਕੇ ਉਹ ਇੱਕ ਬੜੇ ਵੱਡੇ ਵਿਜੇਤਾ ਵਾਂਗ ਭੌਂ ਕੇ ਦੇਖਦਾ ਇਸ ਅਹਿਸਾਸ ਨਾਲ ਜਿਵੇਂ ਉਹ ਕਿਸੇ ਬਹੁਤ ਵੱਡੇ ਕਿਲੇ 'ਚ ਪਹੁੰਚ ਗਿਆ ਹੋਵੇ ਜਿੱਥੇ ਨਾ ਤਾਂ ਕੋਈ ਦੁਸ਼ਮਣ ਤੇ ਨਾ ਦੋਸਤ ਉਹਨੂੰ ਨੁਕਸਾਨ ਪਹੁੰਚਾ ਸਕਦਾ। ਮਿਸਰੀ ਪੱਕੇ ਬਲਕਿ ਕਾਲੇ ਰੰਗ ਦੀ ਇੱਕ ਜਵਾਨ ਔਰਤ ਸੀ ਤੇ ਬੱਬਲ ਗੋਰਾ ਚਿੱਟਾ। ਇਹ ਕਿਵੇਂ ਹੋਇਆ? ਦਰਬਾਰੀ ਨੇ ਕਦੇ ਵੀ ਨਾ ਪੁੱਛਿਆ। ਉਹ ਸਮਝਦਾ ਸੀ ਇਹ ਵਿਚਾਰੀਆਂ ਗਰੀਬ ਔਰਤਾਂ ਕਿੰਨੀਆਂ ਬੇਸਹਾਰਾ ਹੁੰਦੀਆਂ ਨੇ। ਕਿਸਮਤ ਇਹਨਾਂ ਲਈ ਅਜਹੀ ਹੁੰਦੀ ਹੈ ਜਿਵੇਂ ਦਰਿੰਦੇ ਲਈ ਆਈਸਕ੍ਰੀਮ ਬਾਰ ਚ ਕਸਾਟਾ। ਸੜਕ ਦੇ ਕਿਨਾਰੇ ਪਈ ਹੋਈ ਮਿਸਰੀ ਨੂੰ ਕੋਈ ਬਾਬੂ 89 ਰੁਪਏ ਵਟੇ ਬੱਬਲ ਦੇ ਦੇ ਆ ਦੇ ਗਿਆ ਹੋਏਗਾ ਉਹ ਜ਼ਰੂਰ ਉਹਨਾਂ ਲੋਕਾਂ ਚ ਹੋਏਗਾ ਜਿਹੜੇ ਆਪਣੇ ਅਮਰਤ ਬਿੰਦੂਆਂ ਦੀ ਬੇਕਦਰਹੀ ਕਰਦੇ ਨੇ ਤੇ ਜ਼ਿੰਦਗੀ ਨੂੰ ਜ਼ਲੇਲ ਜਿਨ੍ਹਾਂ ਨੂੰ ਇਸ ਗੱਲ ਦੀ ਪਰਵਾਹੀ ਨਹੀਂ ਹੁੰਦੀ ਕਿ ਮੁੰਡਾ ਹੋਇਆ ਤਾਂ ਜ਼ਿੰਦਗੀ ਪਰ ਉਹਨਾਂ ਦਾ ਲਹੂ ਆਪਣਾ ਮਿੱਝ ਮਾਸ ਆਪਣੇ ਦਾਦੇ ਦਾ ਪੋਤਾ ਆਪਣਾ ਪੁੱਤਰ ਭੀਕ ਮੰਗਦਾ ਫਿਰੇਗਾ ਔਰਤਾਂ ਦੀ ਦਲਾਲੀ ਕਰੇਗਾ ਤੇ ਕੁੜੀ ਹੋਈ ਤਾਂ ਆਪਣੇ ਪਿਤਰਾਂ ਦੀ ਪਤ ਨੂੰ ਵੇਚੇਗੀ ਪੇਸ਼ਾ ਕਰੇਗੀ ਤੁਹਾਡੇ ਕੋਲ ਤਾਂ ਇਹ ਵੀ ਚਲਾ ਜਾਂਦਾ ਬੌਜੀ ਮਿਸਰੀ ਬੋਲੀ ਨਹੀਂ ਇਹ ਬਦਮਾਸ਼ ਕਿਸੇ ਮਰਦ ਕੋਲ ਨਹੀਂ ਜਾਂਦਾ ਕਿਉਂ ਕਿਉਂ ਦਰਬਾਰੀ ਨੇ ਹੈਰਾਨੀ ਨਾਲ ਪੁੱਛਿਆ ਪਤਾ ਨਹੀਂ ਮਿਸਰੀ ਕਹਿਣ ਲੱਗੀ ਤੇ ਫਿਰ ਪਿਆਰ ਨਾਲ ਬੱਬਲ ਵੱਲ ਵੇਖਦੀ ਹੋਈ ਬੋਲੀ ਹਾਂ ਔਰਤਾਂ ਕੋਲ ਚਲਾ ਜਾਂਦੇ ਦਰਬਾਰੀ ਜੀ ਖੋਲ ਕੇ ਹੱਸਿਆ ਬਦਮਾਸ਼ ਇਹ ਨਾ ਹੁਣੇ ਤਾਂ ਔਰਤਾਂ ਦੀ ਚਾਟ ਲੱਗੀ ਹੈ ਵੱਡਾ ਹੋ ਕੇ ਤਾਂ ਕਿਆਮਤ ਢਾਏਗਾ ਮਿਸਰੀ ਖੂਬ ਸ਼ਰਮਾਈ ਤੇ ਖੂਬ ਹੀ ਇਤਰਾਈ ਉਨੂੰ ਇੰਜ ਲੱਗਿਆ ਜਿਵੇਂ ਉਹ ਆਪਣੀ ਗੋਦ ਵਿੱਚ ਅਣਗਿਣਤ ਗੋਪੀਆਂ ਵਾਲੇ ਕन्हैया ਨੂੰ ਖਿਡਾ ਰਹੀ ਹੈ ਤੇ ਮਿਸਰੀ ਦੀ ਕਲਪਨਾ ਚ ਜਿਹੜੀਆਂ ਗੋਪੀਆਂ ਸਨ ਉਹ ਖੁਦ ਵੀ ਉਹਨਾਂ ਵਿੱਚੋਂ ਇੱਕ ਸੀ ਜਿਵੇਂ ਬੱਬਲ ਮਿਸਰੀ ਦਾ ਮਨ ਸੀ ਤੇ ਮਿਸਰੀ ਦੀਆਂ ਆਪਣੀਆਂ ਬਿਰਤੀਆਂ ਉਹਦੇ ird gird ਨੱਚ ਰਹੀਆਂ ਸਨ ਬੱਬਲ ਅਜੀ ਇੱਕ ਗੋਪੀ ਨਾਲ ਫੇਰ ਅਨੇਕਾਂ ਨਾਲ ਦਰਬਾਰੀ ਨੇ ਜਿਹੜੀ ਮਿਸਰੀ ਬਾਈ ਨਾਲ ਥੋੜੀ ਜੀ ਆਜ਼ਾਦੀ ਲਈ ਸੀ ਉਸ ਤੋਂ ਘਬਰਾ ਕੇ ਪੁੱਛਿਆ ਇਹਦਾ ਪਿਓ ਕੀ ਕੰਮ ਕਰਦਾ ਮਿਸਰੀ ਇਹਦਾ ਪਿਓ ਮਿਸਰੀ ਨੂੰ ਜਿਵੇਂ ਸੋਚਨ 'ਚ ਵਕਤ ਲੱਗਾ ਹੈ ਨਹੀਂ ਇਸ ਜਵਾਬ 'ਚ ਬਹੁਤ ਸਾਰੀਆਂ ਗੱਲਾਂ ਸਨ ਇਹ ਵੀ ਸੀ ਕਿ ਉਹ ਮਰ ਚੁੱਕਾ ਹੈ ਤੇ ਇਹ ਵੀ ਸੀ ਕਿ ਮਰਿਆਂ ਤੋਂ ਵੀ ਬੱਤਰ ਹੋ ਗਿਆ ਮਿਸਰੀ ਕਿਧਰੇ ਦੂਰ ਦੇਖਣ ਲੱਗੀ ਤੇ ਫਿਰ ਦਰਬਾਰੀ ਲਾਲ ਦੀਆਂ ਨਿਗਾਹਾਂ ਦੇ ਅਫਸੋਸ ਨੂੰ ਦੂਰ ਕਰਦੀ ਹੋਈ ਬੋਲੀ ਇੱਕ ਵਾਰੀ ਉਹ ਫੇਰ ਆਇਆ ਸੀ ਮੈਨੂੰ ਇਉਂ ਹੀ ਲੱਗਾ ਜਿਵੇਂ ਉਹੀ ਆ ਪਰ ਮੈਂ ਕੀ ਕਹਿ ਸਕਦੀ ਸੀ ਬਾਉ ਜੀ ਮੈਂ ਤਾਂ ਉਹਨੂੰ ਜੀ ਪਰ ਕੇ ਦੇਖਿਆ ਵੀ ਨਹੀਂ ਸੀ ਜਦੋਂ ਤੱਕ ਮੈਂ ਇਸ ਬੱਚੇ ਦਾ ਕੋਈ ਨਾਂ ਨਹੀਂ ਸੀ ਰੱਖਿਆ ਕਦੇ ਗੋਪੂ ਕਦੀ ਨਾਰਿਆਂ ਕਹਿ ਕੇ ਬੁਲਾਉਂਦੀ ਸੀ ਉਦੋਂ ਹੀ ਉਹਨੇ ਇਹਦੇ ਹੱਥ ਉਤੇ 5 ਦਾ ਇੱਕ ਨੋਟ ਰੱਖਿਆ ਤੇ ਬੜੇ ਪਿਆਰ ਨਾਲ ਕਿਹਾ ਬੱਬਲ ਉਦੋਂ ਦਾ ਮੈਂ ਇਹਦਾ ਨਾਮ ਬੱਬਲ ਰੱਖ ਦਿੱਤਾ ਤੇ ਮਿਸਰੀ ਫੇਰ ਸੋਚਣ ਲੱਗੀ ਇਹਦਾ ਪਿਓ ਨਾ ਹੁੰਦਾ ਤਾਂ 5 ਰੁਪਏ ਦਿੰਦਾ ਦਰਬਾਰੀ ਵੀ ਸੋਚਣ ਲੱਗਾ ਹੋ ਸਕਦਾ ਹੈ ਉਹ ਆਦਮੀ ਨਹੀਂ 5 ਰੁਪਏ ਦਾ ਨੋਟ ਹੀ ਇਸ ਬੱਚੇ ਦਾ ਪਿਓ ਹੋਵੇ ਦਰਬਾਰੀ ਨੇ ਅੱਜ ਅਠਿਆਨੀ ਮਿਸਰੀ ਦੇ ਹੱਥ ਉਤੇ ਰੱਖਣ ਦੀ ਬਜਾਏ ਬੱਬਲ ਦੇ ਹੱਥ ਚ ਫੜਾ ਦਿੱਤੀ ਬੱਬਲ ਨੇ ਸਿੱਕੇ ਨੂੰ ਹੱਥ ਫੜਿਆ ਜ਼ੋਰ ਨਾਲ ਬਾਹਾਂ ਲਹਿرائی ਤੇ ਫਿਰ ਉਹਨੂੰ ਸੁੱਟ ਦਿੱਤਾ ਅਠਿਆਨੀ ਸੜਕ ਤੋਂ ਮੇਨਹੋਲ 'ਚ ਡਿੱਗਣ ਵਾਲੀ ਸੀ ਕਿ ਮਿਸਰੀ ਦੇ ਕਰਮਾ ਨੂੰ ਅੰਬ ਦੇ ਇੱਕ ਸੁੱਕੇ ਛਿਲਕੇ ਨੇ ਉਹਨੂੰ ਰੋਕ ਲਿਆ ਮਿਸਰੀ ਨੇ ਝੁੱਕ ਕੇ ਅਠਿਆਨੀ ਚੁੱਕੀ ਤੇ ਬੱਬਲ ਨੂੰ ਹਿੱਕ 'ਚ ਘੁੱਟਦੀ ਬੋਲੀ ਹੈ ਨਾ ਲੁੱੱਚਾ ਤੇ ਫਿਰ ਚੁੰਮਦੀ ਹੋਈ ਦਰਬਾਰੀ ਲਾਲ ਨੂੰ ਕਹਿਣ ਲੱਗੀ ਸੱਚ ਪੁੱਛੋ ਬਾਉ ਜੀ ਤਾਂ ਮੇਰਾ ਮਰਦ ਇਹੀ ਆ ਬੱਬਲ ਤੇਰਾ ਮਰਦ ਹਾਂ ਮਿਸਰੀ ਨੇ ਬੱਬਲ ਨੂੰ ਹੋੜਿਆ ਜਿਹੜਾ ਆਪਣੀ ਮਾਂ ਦੇ ਸਿਰ ਤੋਂ ਪੱਲਾ ਖਿੱਚ ਰਿਹਾ ਸੀ ਤੇ ਕਹਿਣ ਲੱਗੀ ਇਹ ਕਮਾਉਂਦਾ ਤਦ ਮੈਂ ਖਾਂਦੀ ਆਂ ਮਿਸਰੀ ਬੜੀ ਗੱਲੜੀ ਸੀ ਉਹ ਹੋਰ ਵੀ ਬਹੁਤ ਕੁਝ ਕਹਿੰਦੀ ਬੱਬਲ ਹੋਰ ਵੀ ਕੁਰਮਰੇ ਮੰਗਦਾ ਪਰ ਦਰਬਾਰੀ ਨੂੰ ਆਪਣੀਆਂ ਨਜ਼ਰਾਂ ਦੇ ਦਿਸ ਹੱਦ ਦੇ ਉੱਤੇ ਕਾਸ਼ਨੀ ਰੰਗ ਲਹਿਰਾਉਂਦਾ ਹੋਇਆ ਨਜ਼ਰ ਆਇਆ ਉਹਨੇ ਕੱਲ ਨਾਲ ਮਿਸਰੀ ਦੇ ਆਪ ਨੂੰ ਸੀ ਹੁਸਨ ਤੇ ਬੱਬਲ ਦੀ ਗੋਰੀ ਚਿੱਟੀ ਮਾਸੂਮੀਅਤ ਤੋਂ ਪਿੱਛਾ ਛੁਡਾਇਆ ਤੇ ਮੈਂ ਚੱਲਦਾ ਸਾਲੇ ਸਾਹਿਬ ਅੱਛਾ ਭਾਬੀ ਕਹਿ ਕੇ ਕੱਲ ਨਾਲ ਬਾਹਰ ਨਿਕਲ ਗਿਆ ਅਜੇ ਸੜਕ ਤੇ ਪਹੁੰਚਿਆ ਵੀ ਨਹੀਂ ਸੀ ਕਿ ਪਤਲੂਨ ਦੇ ਪਹੁੰਚਿਆ ਨਾਲ ਉਹਨੂੰ ਲੱਕੜੀ ਦੇ ਛਿਲਕੇ ਲੱਗੇ ਹੋਏ ਦਿਖਾਈ ਦਿੱਤੇ ਜਿਨ੍ਹਾਂ ਨੂੰ ਦਰਬਾਰੀ ਨੇ ਝੁੱਕ ਕੇ ਲਾ ਸੁੱਟਿਆ ਤੇ ਸੀਤਾ ਕੁਲ ਜਾ ਪਹੁੰਚਿਆ ਸ਼ਿਵਾਜੀ ਪਾਰਕ ਵਿੱਚ ਸਮੁੰਦਰ ਦੇ ਕਿਨਾਰੇ ਕਲੱਬ ਤੇ ਭੇਲਪੁਰੀਆਂ ਭੇਲਪੁਰੀ ਵਾਲਿਆਂ ਤੋਂ ਕੁਝ ਦੂਰ हट ਕੇ ਦਰਬਾਰੀ ਤੇ ਸੀਤਾ ਇੱਕ ਕੰਧ ਨਾਲ ਢੋ ਲਾ ਕੇ ਬੈਠ ਗਏ ਸੀਤਾ 18-19 ਵਰਿਆਂ ਦੀ ਇੱਕ ਕੁੜੀ ਸੀ ਜੀਦੀ ਮਾਂ ਤਾਂ ਸੀ ਪਰ ਪਿਓ ਮਰ ਚੁੱਕਿਆ ਸੀ ਘਰ ਦੀ ਹਾਲਤ ਕੋਈ ਇੰਨੀ ਖਰਾਬ ਵੀ ਨਹੀਂ ਸੀ ਕਿਉਂਕਿ ਮਕਾਨ ਆਪਣਾ ਸੀ ਜਿਸ ਤੇ ਕਿਰਾਏਦਾਰਾਂ ਤੋਂ ਕਦੀ ਕਿਰਾਇਆ ਵਸੂਲ ਹੁੰਦਾ ਸੀ ਕਦੀ ਨਹੀਂ ਸੀਤਾ ਦੀ ਮਾਂ ਲਛਮਣ ਦੇਈ ਉੰਜ ਤਾਂ ਆਪਣੀ ਧੀ ਦੀ ਸ਼ਾਦੀ ਕਰਨੀ ਚਾਹੁੰਦੀ ਸੀ ਪਰ ਸ਼ਾਦੀ ਨਾਲ ਉਹ ਵੱਧ ਉਹਨੂੰ ਇਸ ਗੱਲ ਦਾ ਖਿਆਲ ਸੀ ਕਿ ਕੋਈ ਅਜਿਹਾ ਆਏ ਜਿਹੜਾ ਹਰ ਮਹੀਨੇ ਆਪਣੇ ਰੋਪ ਨਾਲ ਕਿਰਾਇਆ ਉਗਰਾਹ ਲਾਏ ਤਾਂ ਕਿ ਸੀਤਾ ਦੇ ਕਹਿਣ ਮੁਤਾਬਕ ਦਰਵਾਜ਼ੇ ਤੇ ਹਰ ਮਹੀਨੇ ਜਿਹੜਾ ਬਗਹਾੜ ਦਿਖਾਈ ਦਿੰਦਾ ਨਜ਼ਰ ਨਾ ਆਏ ਤੇ ਜਿਉਣਾ ਸੌਖਾ ਹੋ ਜਾਏ ਲਛਮਨ ਦੇ ਨਾਲ ਸੀਤਾ ਨੇ ਦਰਬਾਰੀ ਲਾਲ ਦੀ ਗੱਲ ਵੀ ਕੀਤੀ ਪਹਿਲਾਂ ਤਾਂ ਉਹ ਸ਼ੱਕ ਤੇ ਬੁਸਬੁਸੇ ਦਾ ਇਜ਼ਹਾਰ ਕਰਨ ਲੱਗੀ ਪਰ ਜਦੋਂ ਉਹਨੂੰ ਪਤਾ ਲੱਗਿਆ ਕਿ ਦਰਬਾਰੀ ਦਾ ਪੂਰਾ ਨਾਂ ਦਰਬਾਰੀ ਲਾਲ ਮਹਿਤਾ ਹੈ ਤਾਂ ਉਹਨੇ ਝੱਟ ਇਜਾਜ਼ਤ ਦੇ ਦਿੱਤੀ ਕਿਉਂਕਿ ਬੰਬਈ 'ਚ ਜਿਹੜੇ ਲੋਕ ਮਕਾਨਾਂ ਦਾ ਕਿਰਾਇਆ ਉਗਰਾਉਂਦੇ ਨੇ ਉਹਨਾਂ ਨੂੰ ਮਹਿਤਾ ਕਹਿੰਦੇ ਨੇ ਸੀਤਾ ਦਾ ਕੱਦ ਦਰਮਿਆਨਾ ਸੀ ਪਰ ਦੇਹ ਦੀ ਬਣਤ ਜਈ ਸੀ ਜਿਹੜੀ ਮਰਦਾਂ ਦੇ ਦਿਲ 'ਚ ਜਜ਼ਬੇ ਜਗਾ ਦਿੰਦੀ ਐ ਕੋਈ ਬੇਖੁਦ ਜਈ ਸੀਟੀ ਉਹਨਾਂ ਦੇ ਹੋਠਾਂ ਤੇ ਆ ਜਾਂਦੀ ਐ ਚਿਹਰੇ ਦੀ ਕਾਂਟ ਛਾਣ ਚੰਗੀ ਸੀ ਪਰ ਉਹਦੇ ਨੇੜੇ ਆਉਣ ਤੇ ਪਤਾ ਲੱਗਦਾ ਸੀ ਪਲਕਾਂ ਕੁਝ ਸਿੱਲੀਆਂ ਜੀਆਂ ਰਹਿੰਦੀਆਂ ਕਿਉਂਕਿ ਸੀਤਾ ਦੀਆਂ ਅੱਖਾਂ ਥੋੜਾ ਅੰਦਰ ਤਸੀਆਂ ਹੋਈਆਂ ਸਨ ਤੇ ਉਹਨਾਂ ਦੇ ਬੱਚਾ ਦੇ ਲਈ ਪਲਕਾਂ ਨੂੰ ਝੁਕਣਾ ਪੈਂਦਾ ਸੀ ਪ੍ਰੇਨਤ ਤਸੀਆਂ ਹੋਈਆਂ ਅੱਖਾਂ ਕਰਕੇ ਹੀ ਸੀ ਕਿ ਸੀਤਾ ਮਰਦ ਦੇ ਦਿਲ ਚ ਬਹੁਤ ਦੂਰ ਤੱਕ ਦੇਖ ਸਕਦੀ ਸੀ ਉਹ ਕਿਸੇ ਨੂੰ ਕੁਝ ਕਹੇ ਜਾਂ ਨਾ ਕਹੇ ਗੱਲ ਵੱਖਰੀ ਹੈ ਪਰ ਜਾਣਦੀ ਉਹ ਸਭ ਸੀ ਧੰਨਵਾਦ ਚਲਦਾ